ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਣਤਾ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਮੈਂ ਅੱਜ ਅਸਰ ਵਰਸੀ ਖਾਸ ਤੌਰ ਤੇ ਜੜਾਵਾਲਾ ਦੇ ਇਲਾਕੇ 'ਚ ਜਿੱਥੇ ਸਾਨਿਹਾ ਵਾਰ ਵਾਕਿਆ ਹੋਇਆ, ਅੱਜ ਮੈਂ ਆਪਣੇ ਇਸ ਭਾਈ ਦੇ ਘਰ ਆਇਆ ਜਿਨ੍ਹਾਂ ਦਾ ਮੈਂ ਤੁਹਾਨੂੰ ਦਿਖਾ ਰਿਹਾ ਸਾਂ ਕਿ ਛੱਤ ਜਿਹੜੀ ਹੈ ਉਹ ਤਿੰਨ ਮੰਜ਼ਲਾ ਯਕਦਮ ਥੱਲੇ ਡਿੱਗ ਪਈ, ਅੰਦਰ ਘਰ ਨੂੰ ਅੱਗਾਂ ਲੱਗੀਆਂ ਹੋਈਆਂ ਔਰ ਅਜੇ ਵੀ ਕਿਤੇ ਨਾ ਕਿਤੇ ਆਪਣੇ ਆਪ ਹੀ ਅੱਗ ਧੁੱਖ ਪੈਂਦੀ ਜਿਹੜੇ ਕੈਮੀਕਲ ਸੁੱਟਿਆ ਗਿਆ। ਕਿਹੜੀ ਕਿਹੜੀ ਚੀਜ਼ ਵਹਾਈਏ ਤੇ ਕਿਹੜੀ ਨਾ ਵਹਾਈਏ, ਅਸੀਂ ਇਸ ਜ਼ੁਲਮ ਦੀ ਇੱਕ ਐਸੀ ਦਾਸਤਾਂ ਬਣ ਗਏ ਹਾਂ ਕਿ ਹੁਣ ਤੇ ਸਾਨੂੰ ਪੂਰੇ ਪਾਕਿਸਤਾਨ ਦੇ ਵਿੱਚ ਇਹ ਧਮਕੀ ਲਾਈ ਜਾਂਦੀ ਹੈ ਜੇ ਤੁਸੀਂ ਸਿੱਧੇ ਨਾ ਆਏ ਤੇ ਤੁਹਾਡਾ ਵੀ ਜੜਾਂ ਵਾਲੇ ਵਾਲਾ ਹਾਲ ਕਰਾਂਗੇ। ਤੇ ਮੈਂ ਇਹ ਚਾਹੁੰਦਾ ਕਿ ਅਸੀਂ ਪਾਕਿਸਤਾਨ 'ਚ ਮੁਹੱਬਤ ਵਾਲੇ ਲੋਕ ਹੈਗੇ ਹਾਂ, ਸਾਡਾ ਪੈਗਾਮ ਮੁਹੱਬਤ ਹੈ, ਸਾਡੇ ਨਾਲ ਇੰਜ ਨਾ ਕਰੋ। ਮੈਂ ਚਾਹਾਂਗਾ ਇਸ ਭਾਈ ਦੇ ਕੋਲੋਂ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਹੁਣ ਤੱਕ। ਤੁਸੀਂ ਦੇਖ ਕੇ ਜੇ ਮਹਿਸੂਸ ਕਰ ਰਹੇ ਹੋ ਕਿ ਇਹ ਸਾਡਾ ਖੁਦਾ ਹਲੀਮ ਹੈ, ਜਿਨ੍ਹਾਂ ਨੇ ਵੀ ਕੀਤਾ ਖੁਦਾ ਉਹਨਾਂ ਦਾ ਖੁਦਾ ਕਰੇ, ਕਿ ਅਸੀਂ ਹਲੀਮੀ ਚਾਹੁੰਦੇ ਹਾਂ, ਅਸੀਂ ਪਿਆਰ ਮੁਹੱਬਤ ਚਾਹੁੰਦੇ ਹਾਂ, ਬਸ ਇਹ ਮੇਰਾ ਪਿਆਰ। ਇਹਦੇ ਨਾਲ ਤੁਸੀਂ ਕੀ ਚਾਹੁੰਦੇ ਜੇ ਆਇੰਦਾ ਵਾਸਤੇ? ਆਇੰਦਾ ਵਾਸਤੇ ਨਹੀਂ ਹੋਣਾ ਚਾਹੀਦਾ, ਹਲੀਮੀ ਰਹਿਣੀ ਚਾਹੀਦੀ। ਇਹ ਚਾਹੁੰਦੇ ਨੇ ਕਿ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ, ਸਾਡੀ ਹਿਫਾਜ਼ਤ ਨਿਗਹਿਬਾਨੀ ਹੋਵੇ, ਗੋ ਕਿ ਤਮਾਮ ਤਾਰੀਖ ਜਾਣਦੀ ਹੈ 1997 ਤੋਂ ਲੈ ਕੇ ਜੋ ਕੁਛ ਹੋ ਰਿਹਾ ਪਾਕਿਸਤਾਨ 'ਚ ਸਾਡੇ ਨਾਲ। ਲੇਕਿਨ ਅਸੀਂ ਇਲਤਮਾਸ ਕਰਨੇ ਹਾਂ, ਕਹਿ ਤਾਂ ਦਿਲ 'ਤੇ ਨਹੀਂ ਕਰਦਾ ਇਲਤਮਾਸ, ਪਰ ਕੀ ਕਰੀਏ, ਇੱਕ ਗੱਲ ਸਿਰਫ ਇਹ ਨਹੀਂ ਕਰਾਂਗਾ ਕਿ ਅਸੀਂ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਜ਼ਿਆਦਾ ਅਸੀਂ ਪਾਕਿਸਤਾਨ 'ਚ ਆਪਣੀ ਆਪਣੇ ਖਾਨਦਾਨਾਂ ਦੀ ਆਪਣੀ ਧੀਆਂ ਦੀ ਇੱਜ਼ਤ ਮਹਿਫੂਜ਼ ਨਹੀਂ ਕਰਨਾ ਚਾਹੁੰਦੇ। ਪਾਕਿਸਤਾਨ ਸਾਨੂੰ ਕੀ ਦਿੰਦਾ ਹੈ? ਜਲੋ ਇੱਕ ਘੜ ਸਾਨੂੰ, ਇਹ ਸਾਡੀਆਂ ਹਾਲਤਾਂ ਨੇ ਪਾਕਿਸਤਾਨ 'ਚ, ਕਿੰਨਾ ਖੂਬਸੂਰਤ ਤਰੀਕੇ ਨਾਲ ਕਿਹਾ ਜਾਂਦਾ ਹੈ ਕਿ ਇਹ ਪਾਕਿਸਤਾਨ ਹੈ। ਕੀ ਮੈਂ ਪਾਕਿਸਤਾਨ ਕਹਾਂ? ਕੀ ਮੈਨੂੰ ਪਾਕਿਸਤਾਨ ਦੇ ਅੰਦਰ ਇਹ ਤੋਹਫ਼ ਮਿਲਦਾ ਪਿਆ? ਮੇਰੇ ਘਰਾਂ ਨੂੰ ਲੁੱਟਿਆ ਜਾਂਦਾ ਹੈ, ਮੇਰੇ ਘਰਾਂ ਨੂੰ ਸਾੜਿਆ ਜਾਂਦਾ, ਬਾਈਬਲ ਮੁਕੱਦਸ ਨੂੰ ਜਲਾਇਆ ਜਾਂਦਾ। ਅਫਸੋਸ, ਅਫਸੋਸ, ਅਫਸੋਸ। ਜਿਹਦੇ ਵਿੱਚ ਇਸਨੇ ਵਿਪਾਰ ਦੀ ਬੇਹਰੁਮਤੀ ਕੀਤੀ ਗਈ, ਬਾਈਬਲ ਮੁਕੱਦਸ ਔਰ ਮੁਖਤਲਿਫ ਚਰਚਿਸ ਖਾਸ ਤੌਰ 'ਤੇ ਘਰਾਂ ਨੂੰ ਚਲਾ ਦਿੱਤਾ ਗਿਆ। ਅੱਜ ਸਾਡਾ ਸੀਨਾ ਬਹੁਤ ਦਿਲ ਖੂਨ ਤੇ ਆਸੂ ਹੋ ਰਿਹਾ ਕਿ ਪਾਕਿਸਤਾਨ 'ਚ ਸਾਡੇ ਨਾਲ ਹੋ ਕੇ ਇਹ ਦੁਬਾਰਾ ਬਣ ਗਿਆ। ਬਾਈਬਲ ਮੁਕੱਦਸ ਵੀ ਬਹੁਤ ਜ਼ਿਆਦਾ ਆ ਚੁੱਕੀਆਂ, ਲੇਕਿਨ ਬੇਹਰਮਤੀ ਦੁਬਾਰਾ ਇਹ ਕਰਨ ਲਈ ਫਿਰ ਬੇਤਾਬ ਨਿਕਲੇ, ਕਿਉਂਕਿ ਤਸੱਲੀਆਂ ਨਾਲ ਅਸੀਂ ਇਹ ਸਮਝਦੇ ਹਾਂ ਹਕੂਮਤੀ ਨੁਮਾਇੰਦੇ ਬਹੁਤ ਸਾਰੇ ਸਾਡੇ ਮੌਲਾਨਾ ਹਜ਼ਰਤ, ਬਹੁਤ ਸਾਰੇ ਸਾਡੇ ਜਿਹੜੇ ਖਾਸ ਤੌਰ 'ਤੇ ਸਹਾਫੀ ਹਜ਼ਰਤ ਨੇ, ਬੜੀਆਂ ਉਹਨਾਂ ਦੀਆਂ ਤਸੱਲੀਆਂ ਸਾਨੂੰ ਮਿਲਦੀਆਂ ਵੀ, ਲੇਕਿਨ ਹਰ ਦਫ਼ਾ ਇੱਕ ਲੋਲੀਪੋਪ ਤੋਂ ਬਾਅਦ ਫਿਰ ਨਵਾਂ ਅਟੈਕ ਹੁੰਦਾ ਸਾਡੇ। ਚਲੇ 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 ਚਲੇ
ਸਾਡੀ ਸਪੋਰਟ ਕੀਤੀ ਹੈ ਉਹ ਜ਼ਿਆਦਾ ਇਹ ਕਹਿ ਰਹੇ ਨੇ ਇਸ ਟਾਈਮ ਮਸਲੇ 'ਚ ਪਰੇਸ਼ਾਨੀ 'ਚ ਨਹੀਂ ਹੈ ਮਸਲਾ ਹੱਲ ਹੋ ਜਾਏਗਾ ਮਨ ਕੇ ਕਹਿ ਲਓ ਕਿ ਕਾਰੋਬਾਰ ਦੀ ਜਿਹੜੇ ਲਿਹਾਜ਼ ਦੇ ਨਾਲ ਮਨ ਕੇ ਬਹੁਤ ਹੀ ਜ਼ਿਆਦਾ ਜਿਹੜੇ ਨੇ ਮਹਿਫੂਜ਼ ਨਹੀਂ ਆ ਸਕੇ ਕਿ ਜਾਵਾਂਗੇ ਵੀ ਫਿਰ ਵੀ ਡਰ ਹੀ ਰਹਿਣਾ ਮਨ ਕੇ ਹੋਪ ਹੀ ਰਹਿਣਾ ਠੀਕ ਹੈ ਇਸ ਕਰਕੇ ਨਾਲ ਬਲਕਿ ਜੋ ਤਾਂ ਹੁਣ ਇਹ ਹੋਣੀ ਮੇਰੇ ਤੋਂ ਪਹਿਲੇ ਨਹੀਂ ਸੀ ਮਿਲਦੀ ਤਾਂ ਕਿਉਂ ਤਾਂ ਬੁੱਕੇ ਹੀ ਬਣ ਕਰ ਕੇ ਪਤਾ ਲੱਗ ਗਿਆ ਬੀਂਗ ਅ ਕ੍ਰਿਸਚਨ ਹੋਣ ਹਾਂਜੀ ਜਿਸ ਤਰ੍ਹਾਂ ਮਰਜ਼ੀ ਅਸੀਂ ਫਿਰ ਵੀ ਆਪਣੇ ਖੁਦਾ ਨੂੰ ਮੰਨਾਂਗੇ ਤੇ ਮੰਨਦੇ ਰਹਿਣਾ ਅੱਛਾ ਮੈਂ ਇਹ ਚੀਜ਼ ਚਾਹਨਾ ਬਸ ਵਾਹਿਗੁਰੂ ਨੇ ਸਾਡੀ ਸਪੋਰਟ ਕੀਤੀ ਹੈ ਕਾਫੀ ਹੈ ਔਰ ਜਿਨ ਕੇ ਖਾਸ ਤੌਰ ਪਰ ਕਬਰ ਸੇ ਹਮਨੇ ਵੋ ਸਿਡ ਸਕੂਲ ਕਾ ਲਿਟਰੇਚਰ ਦੇਖਾ ਹੈ ਹਾਂਜੀ ਵੋ
और इसके साथ इनका सारा घर का एवरीथिंग सामान जो है वो खत्म हो चुका है। इवन के कोई बर्तन भी नहीं है कि वो अपने घर में कोई चाय वगैरह रख सके, कोई आटा गूंदने के लिए नहीं है, कोई आटा रखने के लिए कोई बर्तन नहीं है। तो ये हमारे लिए शर्मिंदगी का सबब है कि हम पाकिस्तान के अंदर इन हालात में रह रहे हैं।